ਪੰਜਾਬ ਬੋਡੀ ਬਿਲਡਿੰਗ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਬੋਡੀ ਬਿਲਡਰ ਚੋਟੀ ਦਾ ਸਤਾਰਾ ਇਸ ਫਾਣੀ ਦੁਨੀਆ ਨੂੰ ਅਲਵਿਦਾ ਗਿਆ। ਪੰਜਾਬ ਦਾ ਗੱਭਰੂ ਨੌਜਵਾਨ ਮੁੰਡਾ ਛੋਟੀ ਉਮਰ ਵਿੱਚ ਹੀ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ। 31 ਸਾਲਾਂ ਨੈਸ਼ਨਲ ਬੋਡੀ ਬਿਲਡਰ ਸਤਨਾਮ ਖੱਟੜਾ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਪਰਿਵਾਰ ਅਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਦੇ ਨਾਲ ਹੀ ਪੰਜਾਬ ਅਤੇ ਫਿਟਨੈਸ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਸਤਨਾਮ ਖੱਟੜਾ ਨਾਭਾ ਬਲਾਕ ਦੇ ਪਿੰਡ ਭਲ ਮਾਜਰਾ ਦਾ ਰਹਿਣ ਵਾਲਾ ਸੀ। ਤੁਹਾਨੂੰ ਦੱਸ ਦਈਏ, ਨੈਸ਼ਨਲ ਬੋਡੀ ਬਿਲਡਰ ਸਤਨਾਮ ਖੱਟੜਾ ਦੀ ਬੋਡੀ ਕਾਰਨ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਖੱਟੜਾ ਦੇ ਲੱਖਾਂ ਫੈਨ ਨੇ, ਜਿਨ੍ਹਾਂ ਨੂੰ ਉਸਦੀ ਮੌਤ ਦੀ ਖਬਰ 'ਤੇ ਵੱਡਾ ਝਟਕਾ ਦਿੱਤਾ। ਜਿਸ ਤੋਂ ਬਾਅਦ ਪੂਰੇ ਪੰਜਾਬ ਅਤੇ ਪੂਰੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ। ਦੱਸ ਦਈਏ, ਖੱਟੜਾ ਮਾਡਲਿੰਗ ਦੇ ਨਾਲ ਨਾਲ ਟਿਕਟੋਕ ਸਟਾਰ ਮਸ਼ਹੂਰ ਸੀ। ਇੱਕ ਦੋ ਦਿਨ ਤੋਂ ਇਨਫੈਕਸ਼ਨ ਤੋਂ ਪੀੜਿਤ ਸੀ। ਹਾਂਜੀ, ਉਸ ਤੋਂ ਬਾਅਦ ਇਹਨੂੰ ਚੰਡੀਗੜ੍ਹ ਲੈ ਗਏ। ਹਾਂਜੀ, ਚੰਡੀਗੜ੍ਹ ਆ ਕਰੋਨਾ ਕਾਲ ਦਾ ਚੱਲਦਾ ਜੀ, ਇਹਦੇ ਕਰਕੇ ਉੱਥੇ ਐਡਮਿਟ ਨਹੀਂ ਹੋਇਆ ਅਤੇ ਵਾਪਸ ਆ ਗਏ ਕੱਲ੍ਹ। ਅੱਜ ਸਵੇਰੇ ਇਹਦਾ ਚਾਚਾ ਇੱਕ ਡਾਕਟਰ ਆ, ਤਰਖੇੜੀ ਦੁਕਾਨ ਚਲਾਉਂਦਾ, ਉਹਨੂੰ ਫੋਨ ਕਰਿਆ ਵੀ ਸਤਨਾਮ ਨੂੰ ਸਾਹ ਦੀ ਬਿਮਾਰੀ ਆ, ਉਹ ਸਾਹ ਲੈਣ 'ਚ ਔਖਾ ਹੋ ਰਿਹਾ। ਹਾਂਜੀ, ਉਹ ਆ ਗਿਆ ਜੀ, ਆ ਕੇ ਜਦੇ ਇਹਨਾਂ ਨੇ ਸਤਨਾਮ ਨੂੰ ਗੱਡੀ 'ਚ ਪਾਇਆ ਅਤੇ ਪਟਿਆਲੇ ਨੂੰ ਲੈ ਲਏ। ਪਟਿਆਲੇ ਤਾਂ ਜਾਣਾ ਕੀ ਸੀ, ਉਰੇ ਤੋਂ 2 ਕਿਲੋਮੀਟਰ ਜਾ ਕੇ ਕਹਿੰਦਾ ਵੀ ਸ਼ੀਸ਼ੇ ਤਾਰ ਲਓ ਗੱਡੀ ਦੇ, ਮੈਨੂੰ ਸਾਹ ਔਖਾ ਹੁੰਦਾ। ਬਸ ਸ਼ੀਸ਼ੇ ਤਾਰੇ ਨੇ ਜੀ, ਨਾਲ ਦੀ ਨਾਲ ਇਹਨੂੰ ਖੂਨ ਦੀ ਉਲਟੀ ਆਈ ਆ। ਖੂਨ ਦੀ ਉਲਟੀ ਨਾਲ ਜਦੇ 1 ਮਿੰਟ ਲੱਗਿਆ, ਜਦੇ ਨਾਲ ਦੀ ਨਾਲ ਅਟੈਕ ਹੋ ਗਿਆ ਅਤੇ ਡੈਥ ਹੋ ਗਈ। ਹਾਰਟ ਅਟੈਕ ਸੀ, ਹਾਰਟ ਅਟੈਕ ਨਾਲ ਮੌਤ ਹੋਈ ਆ ਸਤਨਾਮ ਖੱਟੜਾ ਦੀ। ਹਾਂਜੀ, ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਜੀ ਕਿ ਸੋਗ ਦੀ ਲਹਿਰ ਆ ਸਾਡੇ ਪਿੰਡ 'ਚ ਦੌੜ ਗਈ ਜੀ। ਸਾਡੇ ਪਿੰਡ 'ਚ ਕੀ ਇਲਾਕੇ 'ਚ ਮੈਂ ਕਹਿੰਦਾ ਸੋਗ ਦੀ ਲਹਿਰ ਤੋਂ ਇਹ ਕਿੱਦ ਆਪਣਾ ਕਿੱਦਾਂ ਇਹਨਾਂ ਨੇ ਸ਼ੁਰੂਆਤ ਕੀਤੀ ਆਪਣੀ ਗੇਮ ਦੀ, ਕਿੱਥੋਂ ਸ਼ੁਰੂ ਕੀਤਾ ਇਹਨਾਂ ਨੇ? ਕਬੱਡੀ ਵੀ ਖੇਡਦੇ ਰਹੇ ਨੇ? ਹਾਂਜੀ, ਇਹਨਾਂ ਨੇ ਕਬੱਡੀ ਤੋਂ ਆਪਣਾ ਕੈਰੀਅਰ ਸਟਾਰਟ ਕਰਿਆ ਸੀ। ਹਾਂਜੀ, ਸਾਡੇ ਪਿੰਡ 'ਚ ਬਹੁਤ ਹੀ ਉੱਘੇ ਖਿਡਾਰੀ ਪੈਦਾ ਕਰੇ ਨੇ ਕਬੱਡੀ 'ਚ, ਅਤੇ ਉਹਨਾਂ ਤੋਂ ਦੇਖ ਦੇਖ ਕੇ ਆਪ ਵੀ ਕਬੱਡੀ ਖੇਡਣ ਲੱਗ ਗਿਆ ਜੀ। ਪਹਿਲਾਂ ਸਕੂਲ 'ਚ ਖੇਡਿਆ, ਫਿਰ ਇਹ ਸਰਕਲ ਸਟਾਈਲ 'ਚ ਆ ਗਿਆ ਜੀ, ਫਿਰ ਇਹ ਕਬੱਡੀ 'ਚ ਮਤਲਬ ਇੰਨਾ ਕੁ ਨਾਂ ਰੋਸ਼ਨ ਹੋ ਗਿਆ ਸੀ, ਇਹ ਬਾਹਰ ਵੀ ਖੇਡ ਕੇ ਆ। ਅਤੇ ਇਹਨੇ ਆਪਣੇ ਇਲਾਕੇ 'ਚ ਕੀ ਸੇਧ ਦਿੱਤੀ ਆ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਖੇਡਣ ਲਈ, ਜਿੰਮ ਵਗੈਰਾ ਵੀ ਪਤਾ ਲੱਗਿਆ ਵੀ ਇਹਨਾਂ ਨੇ ਖੋਲ੍ਹੇ ਨੇ? ਹਾਂਜੀ, ਇਹਨੇ ਸਾਡੇ ਪਿੰਡ 'ਚ ਵੀ ਜਿੰਮ ਖੋਲ੍ਹਿਆ ਸੀ। ਹਾਂਜੀ, ਫਿਰ ਤਰਖੇੜੀ ਖੋਲ੍ਹਿਆ ਜੀ, ਤਰਖੇੜੀ ਤੋਂ ਜੀ ਫਿਰ ਇਹ ਭਾਸੋਂ ਖੋਲ੍ਹਿਆ ਜੀ, ਫਿਰ ਪਟਿਆਲਾ ਨਾਭਾ। ਮੈਂ ਕਹਿੰਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜਿੱਥੇ ਇਹਦਾ ਜਿੰਮ ਖੋਲ੍ਹਿਆ ਨਾ ਹੋਵੇ, ਸਿਰਫ ਬੱਚਿਆਂ ਨੂੰ ਸੇਧ ਦੇਣ ਵਾਸਤੇ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ। ਬਸ ਹੁਣ ਤਾਂ ਇਹ ਸੀ ਵੀ ਇਹ ਪੂਰਾ ਇੱਕ ਹੀਰੋ ਬਣਿਆ ਵਾ ਸੀ ਬੱਚਿਆਂ 'ਚ, ਨੌਜਵਾਨਾਂ 'ਚ, ਵੀ ਜਿਹੋ ਜਿਹੀ ਸਿਹਤ ਸਤਨਾਮ ਖੱਟੜੇ ਨੇ ਬਣਾਈ ਆ, ਉਹੀ ਜੀ ਉਹ ਸਿਹਤ ਅਸੀਂ ਬਣਾਉਂਦੇ। ਪਿੰਡ 'ਚ ਕਿੱਦਾਂ ਦਾ ਮਾਹੌਲ ਆ ਹੁਣ ਸਵੇਰ ਤੋਂ? ਪਿੰਡ ਤਾਂ ਜੀ ਤੁਸੀਂ ਇਹ ਦੇਖ ਲਓ ਜੀ, ਕਿਸੇ ਨੇ ਚੁੱਲ੍ਹਾ ਨਹੀਂ ਜਾਲਿਆ, ਉਹ ਵੀ ਸਾਰੇ ਸੋਗ ਦੀ ਘਰੇ ਬੈਠੇ ਨੇ ਆਪਣੇ ਸਤਨਾਮ ਖੱਟੜੇ ਦੇ, ਵੀ ਇਹ ਪੂਰੀ ਸੋਗ ਦੀ ਲਹਿਰ ਦੌੜੀ ਵੀ ਹੈ ਸਾਡੇ ਪਿੰਡ 'ਚ। ਕਿਸੇ ਨੂੰ ਇਹ ਨਹੀਂ ਸਮਝ ਆ ਰਹੀ ਵੀ ਉਹ ਕਰੇ ਕੀ ਅਤੇ ਕਰੇ ਕੀ ਨਾ। ਰਾਮ ਸਿੰਘ ਜੀ, ਥੋੜ੍ਹੇ ਦਿਨ ਤੋਂ ਕਹਿੰਦੇ ਜੀ ਇਹਨੂੰ ਇਨਫੈਕਸ਼ਨ ਦੀ ਪ੍ਰੋਬਲਮ ਸੀ, ਉਹਦੇ ਕਾਰਨ ਇਹ ਥੋੜ੍ਹਾ ਜਿਹਾ ਜਾਂਦਾ ਰਿਹਾ, ਕੱਲ੍ਹ ਵੀ ਐਡਮਿਟ ਰਿਹਾ ਅਤੇ ਰਾਤੀ ਆਪਣੇ ਘਰ ਆਇਆ, ਅਤੇ ਰਾਤੀ ਇਹਨੂੰ ਸਾਹ ਦੀ ਪ੍ਰੋਬਲਮ ਆਈ 2-3 ਵਜੇ, ਅਤੇ ਇਹਨੂੰ ਇਹਦੇ ਚਾਚਾ ਜੀ ਆਏ ਉੱਥੋਂ, ਇਹਨੂੰ ਪਟਿਆਲੇ ਲੈ ਜਾਣ ਲੱਗੇ ਆਪ ਗੱਡੀ 'ਚ ਬੈਠੇ ਆ ਕੇ, ਅਤੇ ਇਹਦਾ ਕਹਿੰਦੇ ਵੀ ਮੋਬਾਈਲ ਵੀ ਘਰ ਰਹਿ ਗਿਆ ਸੀ, ਇਹਦੇ ਭਰਾ ਨੂੰ ਕਹਿੰਦਾ ਮੇਰਾ ਮੋਬਾਈਲ ਘਰ ਰਹੇਗਾ ਵੀ ਉਹ ਮੋਬਾਈਲ ਵੇ, ਅਤੇ ਇੱਥੋਂ ਗੱਡੀ 'ਚ ਬੈਠ ਕੇ 2 ਕਿਲੋਮੀਟਰ ਗਿਆ, ਉੱਥੇ ਖੂਨ ਦੀ ਉਲਟੀ ਹੈ ਅਤੇ ਉੱਥੇ ਅਟੈਕ ਹੋ ਗਈ। ਪਰਿਵਾਰ 'ਚ ਕੌਣ ਕੌਣ ਨੇ? ਇਹ 2 ਭਰਾ ਨੇ ਜੀ, 1 ਸਿਸਟਰ ਦੀ ਮਾਂ ਬਾਪ ਨੇ ਇਹਦੇ, ਅਤੇ ਚਾਚੇ ਦਾ ਹੈਗੇ ਇਹਨਾਂ ਦੇ, ਵਧੀਆ ਪਰਿਵਾਰ ਆ, ਗਰੀਬ ਪਰਿਵਾਰ ਤੋਂ ਉੱਠ ਕੇ ਨੇ, ਬਹੁਤ ਜ਼ਿਆਦਾ ਮਿਹਨਤ ਕਰਕੇ, ਬਹੁਤ ਮਿਹਨਤ ਕਮਾਈ ਹੈ। ਤੁਹਾਡੇ ਪਿੰਡ 'ਚ ਇਹਨੇ ਜਾਂ ਆਲੇ ਦੁਆਲੇ ਇਲਾਕੇ 'ਚ ਕਿੰਨਾ ਕੁ ਜਿੰਮ ਵਗੈਰਾ ਸਮਾਜ ਨੂੰ? ਸਾਡੇ ਇਲਾਕੇ 'ਚ ਨੇ ਬੱਚਿਆਂ ਵਾਸਤੇ ਜਿੰਮ ਬਹੁਤ ਜ਼ਿਆਦਾ ਸਾਈਡ 'ਤੇ ਖੋਲ੍ਹੇ ਨੇ ਜੀ, ਬਹੁਤ ਆਪ ਵੀ ਮਿਹਨਤ ਕਰਦਾ ਜੀ ਉੱਥੇ ਜਾ ਕੇ, ਅਤੇ ਬੱਚਿਆਂ ਤੋਂ ਮਿਹਨਤ ਵੀ ਆਪ ਕਰਾਉਂਦਾ ਸੀ, ਅਤੇ ਲੋਕਡਾਊਨ ਦੇ ਵਿੱਚ ਵੀ ਇਹਨੇ ਰਾਸ਼ਨ ਵੀ ਵਿਚਾਰੇ ਨੇ ਆਪਣੇ ਵੱਲੋਂ ਗਰੀਬਾਂ ਨੂੰ ਬਹੁਤ ਵੰਡਿਆ ਜੀ, ਇਹਨੇ ਬਹੁਤ ਗਰੀਬਾਂ ਦੀ ਮਦਦ ਕੀਤੀ, ਅਤੇ ਆਹ ਲੋਕਡਾਊਨ ਦੇ ਵਿੱਚ ਕਿਸੇ ਨੇ ਕੋਈ ਬੰਦੇ ਨੇ ਪੁੱਛੇ ਨਹੀਂ ਲੋਕ, ਅਤੇ ਇਹਨੇ ਆਪਣੀ ਗੱਡੀ ਦੇ ਆਪ ਸੌਦਾ ਲਿਆ ਕੇ ਆਪਣੇ ਵੱਲੋਂ ਗਰੀਬਾਂ ਵਿੱਚ ਵੰਡਿਆ ਨੇ। ਸਾਡੇ ਪਿੰਡ 'ਚ ਸੋਗ ਦਾ ਮਾਹੌਲ ਹੈ ਜੀ, 4 ਵਜੇ ਤੋਂ ਲੈ ਕੇ ਜਦੋਂ ਆਪਾਂ ਜਿਹਨੂੰ ਵੀ ਪਤਾ ਲੱਗ ਗਿਆ ਉਸ ਬੰਦੇ ਨੇ ਰੋਟੀ ਪਾਣੀ ਤੱਕ ਵੀ ਨਹੀਂ ਖਾਧਾ ਜੀ, ਅਤੇ ਸਵੇਰ ਦਾ ਜੀ ਇਹਦੇ ਘਰ ਬਹੁਤ ਵੱਡਾ ਇਕੱਠ ਹੈ ਪਿੰਡ ਦਾ, ਅਤੇ ਅਸੀਂ ਵੀ ਇੱਧਰ ਪਿੰਡ ਦੇ ਵਾਸੀ, ਹੋਰ ਬਹੁਤ ਲੋਕ ਬਠਿੰਡੇ ਵਗੈਰਾ ਤੋਂ ਆਏ ਨੇ, ਪੂਰੇ ਪੰਜਾਬ ਤੋਂ ਇਹਦੇ ਲੋਕ ਆ ਰਹੇ, ਰਾਜਸਥਾਨ ਵਗੈਰਾ ਤੋਂ ਵੀ ਲੋਕ ਆ ਰਹੇ ਨੇ ਜੀ, ਅਤੇ ਬਹੁਤ ਵੱਡਾ ਘਾਟਾ ਪਿਆ ਜੀ ਨੌਜਵਾਨ ਪੀੜ੍ਹੀ ਨੂੰ, ਬਹੁਤ ਜ਼ਿਆਦਾ ਵੱਡਾ। ਖੱਟੜਾ ਜੀ ਦੀ ਮੌਤ ਹੋਈ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦੇ ਇਨਸਾਨ ਗੁਰੂ?
इंसान तो वीर जी वह बहुत वधिया दिल का मुंडा सी है ना जी। उन्हें मतलब हुण तक जिन्हें भी मेरे वर्गे भरा ने सारे जिम लवर ने कुड़ियां मुंडे सारियां नूं बहुत मोटीवेट किया। उन्हें साढ़े मतलब पंजाब के यूथ नूं बहुत उपर तक लेके गया वह बॉडी बिल्डिंग लाइन के लिए। बहुत ज़्यादा मोटीवेटड मुंडा सी ते बहुत शौक लगा। जो मैं सुबह उठा तो मैनू कॉल आई मेरे किसी फ्रेंड की भी ए करके भी सतनाम भी नहीं रहे साढ़े बिच है ना। बड़ा दुख पहुँचा मैनू इस गल का। सतनाम जी किस किस करके मशहूर सी? सर एक तो उन्हों का जो बाइसेप सी वह एवें ला लो भी पूरे इंडिया च किसी का नहीं सी मुंडे का जिहड़ा उन्हों का बाइसेप सी। उहदे नाल ही साढ़े पंजाब का नाम बहुत उच्चा सी, साढ़े शहर नाभे का नाम बहुत उच्चा सी। नंबर दो वो बहुत दिल का साफ मुंडा सी, बड़ा मतलब उन्हें जे किसी कुत्ते दे सट लगी वेख ली तो मतलब कुत्ते का इलाज करवा देना, किसी इंसान नू किसी डंगर दे राह चलदे दे सट लगी देख ली तो वह मतलब वो तो रहा नहीं सी जांदा, इन्ना दिल का साफ मुंडा सी। काफ़ी घट है पाया जिम्मे जिम मोटीवेट कर लगे नौजवान पीढ़ी नशे बच्च थी उस टाइम उन्होंने बड़ी सर घाटा तो एवं ला लो भी कभी पूरा हो ही नहीं सकता है ना। उन्होंने जिहड़ा घट है तो जिहड़ी जिहड़े मतलब यूथ नशे च सी साढ़े आले दुआले सिटी का, वैसे हुण तुहानूं पता पटियाले जिले का यूथ बहुत ज़्यादा घट गया है ना नशे च सिर्फ वह बंदे के कारण, क्योंकि उन्हें मोटीवेट बहुत किया। उन्होंने मतलब आप उन्होंने मुंडिया बुलाना दसना सारा कुछ है ना करना, सबनों पता सी भी इन्होंने साढ़े मतलब जिले के नाम बहुत ज़्यादा। आप जाते उन्होंने मिलन बहुत बहुत दूरों आते मतलब पूरे इंडिया के मिलन आते मतलब जोड़ा उन्हों का घट्ट वह तो मुश्किल है भी कभी भी नहीं है ना। सू किस लैवल तक सर वो तो पूरे इंडिया ही फेमस है, सब तो मतलब इंडिया जो बाइसेप्स थी वो सब तो व्डा सगा, मतलब उन्होंने इंटरव्यूज बहुत हुई है ना सारा कुछ, मतलब जिन्ना भी मतलब सिस्टम दी पूरे इंडिया लैवल का सीगा। उन्होंने कबड्डी कबड्डी तो उन्होंने मतलब शुरू के जो उन्होंने स्टार्ट किया तो कबड्डी तो किया जिन्ना कि मैनू पता है ना। दैन मेरे नाल डेढ़ तो दो साल रहे ने वो जिम दे विच, कबड्डी उन्होंने शुरुआत कबड्डी तो की, कबड्डी दे विच भी वधिया नाम किया उन्होंने। कबड्डी गेम च जिन्ना टाइम रहे तो बहुत वधिया नाम सी उन्होंने। उस तो बाद बॉडी बिल्डिंग लाइन च आए ठीक नहीं, तो बॉडी बिल्डिंग लाइन के तो थोड़ा पता ही है उन्होंने इंडिया लैवल से नाम चला गया सी, मतलब बहुत वधिया मुंडा सी। कोविड च भी उन्होंने गरीबों की हेल्प करी है बहुत ज़्यादा सर, बहुत ज़्यादा कोविड च गरीबों की पशुआ की कुत्तियां की जिन्होंने कोई पुछता नहीं सी बहुत ज़्यादा हेल्प की उन्होंने। कोई कोई खास पल जो उन्होंने बताया हो? सर जिम के मेरे ना डेढ़ साल रहे ने, उन्होंने एक एक दिन अज मैं याद आ रहा ठीक नहीं, मतलब असी रोज़ कट्ठे होना दो घंटे तीन घंटे कट्ठे रहना खाना नाल कट्ठे लाइक मतलब बहुत वधिया सी सिस्टम।